हेलो वो आ गई डेड बॉडी। हाँ डेड बॉडी आ गई हो रेहड़ी अगे लाई अगे उत्थे कुड़ियां लेके जाण दी ट्रैली उन्होंने कुड़ियां दे हाथी पे ये बाद च बंदे साडे गए तो उन्होंने बंदे सुट दे फिर मुड़ के उन्होंने पराली नूं अग ला दी इन्होंने गोलियां शुरू कर दी बंदे बाबा जी सर दो बंदियां दी डैथ हो गई एक तो नाल ही आ एक तो ना सुरमू उमर किन्नी आ इक दी 18 साल आ दो चाचा भी दी आ हैगा दोए ब्याह आ ਉਹਦੇ ਦੋ ਬੱਚੇ ਇਹਦੇ ਚਾਰ ਜਿਨ੍ਹਾਂ ਨੇ ਮਾਰੇ ਉਹ ਕਿੰਨੇ ਬੰਦੇ ਉਹ ਬੰਦੇ ਪਿੰਡ ਹੀ ਸਰ ਪੂਰਾ ਪਿਆ ਸੀ ਹੁਣ ਉਹਨਾਂ ਦੀ ਪਛਾਣ ਦੇ ਹੈਗੀ ਹੈ ਜਿਹੜੇ ਬੰਦੇ ਆਏ ਨਹੀਂ ਵਜ੍ਹਾ ਕੀ ਇਹਨਾਂ ਨੂੰ ਮਾਰਨ ਦੀ ਸਰ ਰਾਹ ਰੋਕਿਆ ਸੀ ਸਰ ਪਰ ਰਾਹ ਦੋ ਇਹਨਾਂ ਨੇ ਮਾਰਤੇ ਬੰਦੇ ਕਿਹੜੀ ਸਾਈਡ ਤੇ ਨਹੀਂ ਕਰ ਕਿਹੜੇ ਹਥਿਆਰੀ ਉਹਨਾਂ ਨੂੰ ਪਤਾ ਨਹੀਂ ਹਥਿਆਰ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਹੁਣ ਤੇ ਵੇਖਿਆ ਸੀ ਉਹ ਆਵਣਦੇ ਗੋਲੀਆਂ ਮਾਰੀਆਂ ਕੀ ਮਾਰਿਆ ਵਾ ਗੋਲੀਆਂ ਮਾਰੀਆਂ ਗੋਲੀਆਂ ਕਿੱਥੇ ਵੱਜੀਆਂ ਇੱਕ ਦੇ ਮੂੰਹ ਦੇ ਵੱਜੀ ਆ ਕਿੱਥੇ ਵੱਜੀ ਪੇਟ ਚ ਵੱਜੀ ਤਿੰਨ ਚਾਰ ਜਗਵੀ ਆ राह रोकते बोलते नहीं रिश्तेदार मामला जिहड़ा है गुजर कम्यूनिटी ते जट कम्यूनिटी दे विच लड़ाई का मामला हैगा बेसिकली लड़ाई का कारण जिहड़े इहनां मुताबक जो इहनां दे दस्सण मुताबक यह है कि ਇਹਨਾਂ ਦੀਆਂ ਲੜਕੀਆਂ ਨੂੰ ਪਰੇਸ਼ਾਨ ਵਗੈਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਵਾ ਔਰ ਇਹਦੇ ਵਾਸਤੇ ਇਹਨਾਂ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਮਜੀਠੇ ਥਾਣੇ ਵਿੱਚ ਰਜਿਸਟਰ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਬਿਆਨ ਕਰਾਉਣਗੇ ਜੋ ਉਸ ਹਿਸਾਬ ਨਾਲ ਬਣਦੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਏਗੀ ਕਿੰਨੇ ਬੰਦੇ ਗੋਲੀਆਂ ਕੀ ਜ਼ਖਮੀ ਨੇ ਦੋ ਬੰਦਿਆਂ ਦੀ ਡੈਥ ਆਲਰੇਡੀ ਹੋ ਗਈ ਹੈ ਔਰ ਇਹਨਾਂ ਮੁਤਾਬਕ ਕੁਝ ਜ਼ਖਮੀ ਵੀ ਹੈਗੇ ਨੇ ਔਰ ਆਲਰੇਡੀ ਅਸੀਂ ਜਿਹੜੇ ਦੋਸ਼ੀਆਂ ਨੂੰ ਫੜਨ ਵਾਸਤੇ ਜਿਹੜੀ ਹੈ ਉਹ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਕਿੰਨੇ ਬੰਦੇ ਕੋ ਪਰਚਾ ਰਜਿਸਟਰ ਕੀਤਾ ਕੋਈ ਪਰਚਾ ਜੀ ਇਨ ਪ੍ਰੋਸੈਸ ਆ ਚੱਲ ਰਿਹਾ ਆਲਰੇਡੀ ਚੱਲ ਰਿਹਾ ਕਿੰਨੀ ਉਮਰ ਦੇ ਬੰਦਿਆਂ ਦੀ ਜਿਹੜਾ ਦੱਸ ਹੋਈ ਹੈ ਇੱਕ ਦੀ ਉਮਰ ਦੱਸ ਰਹੇ ਜੀ 18 ਸਾਲ ਹੈ ਦੂਸਰੇ ਦੀ ਉਮਰ ਬੜੇ ਦੀ ਉਮਰ ਹੈ ਕੋਈ 30 35 ਸਾਲ ਦਾ ਦੂਸਰਾ ਆਂਦੇ ਜੀ ਪੁਲਿਸ ਨੇ ਹੁਣ ਤਾਂ ਹੀ ਕਾਰਵਾਈ ਨਹੀਂ ਕੀਤੀ ਹੈ ਜਿਹਦਾ ਜੀ ਦੇਖੋ ਜੀ ਪੁਲਿਸ ਦੇ ਸਾਰੇ ਜ਼ਿਲ੍ਹੇ ਦੀ ਲੱਗੀ ਇਸੇ ਕੰਮ ਨੂੰ ਦੇਖੋ ਮੈਂ ਜੰਡਿਆਲੇ ਤੋਂ ਆਇਆ ਹਾਂ ਮੈਨੂੰ ਸਪੈਸ਼ਲੀ ਐਸਐਸਪੀ ਸਾਹਿਬ ਨੇ ਹਦਾਇਤਾਂ ਦੇ ਕੇ ਭੇਜਿਆ ਵੀ ਇਹਨਾਂ ਦੀ ਜਿੰਨੀ ਹੈਲਪ ਹੋ ਸਕੇ ਹੈਲਪ ਕਰਨੀ ਹੈ
ਅਤੇ ਮੈਂ ਹੁਣ ਇੱਥੇ ਜਲਦੀ ਤੋਂ ਜਲਦੀ ਇਹਦਾ ਪੋਸਟਮਾਰਟਮ ਕਰਨਾ ਤਾਂ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਕਾਰਵਾਈ ਅਮਲ 'ਚ ਲਿਆਉਂਦੀ ਜਾਏ। ਅਸੀਂ ਮਾਣਯੋਗ DC ਸਾਹਿਬ ਦੇ ਧਿਆਨ 'ਚ ਵੀ SSP ਸਾਹਿਬ ਨੇ ਲੈ ਕੇ ਆਉਂਦਾ ਵਾ ਕਿ ਸਾਨੂੰ ਜਲਦੀ ਕਰਵਾ ਦਿਓ। ਸਿਵਲ ਸਰਜਨ ਸਾਹਿਬ ਨਾਲ ਵੀ ਗੱਲ ਮੇਰੀ ਹੋ ਗਈ ਹੈ, ਉਹ ਵੀ ਕਹਿੰਦੇ ਆਪਾਂ ਜਲਦੀ ਤੋਂ ਜਲਦੀ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਜਿਹੜੀਆਂ ਵਾਪਸ ਦੇਵਾ ਦੇ। ਝਗੜਾ ਤਾਂ ਅਜੇ ਇਹਨਾਂ ਦੇ ਕਹਿਣ ਮੁਤਾਬਕ ਕਿ ਕੋਈ ਇਹਨਾਂ ਦਾ ਆਪਸੀ ਰੰਜਿਸ਼ਬਾਜ਼ੀ ਕੋਈ ਲੇਡੀਜ਼ ਨੂੰ ਲੈ ਕੇ ਹੈਗੀ ਹੈ, ਉਹ ਵਜ੍ਹਾ ਰੰਜਿਸ਼ ਉਹ ਦੱਸ। ਸਰ ਕਿਹੜਾ ਪਿੰਡ ਹੈ? ਰਾਜਦੀਨ।